ਪਹਿਲਾਂ ਇਹਦਾ ਵੀਡੀਓ ਤੁਸੀਂ ਵੇਖ ਰਹੀ ਜੇ ਇਹਨੂੰ ਗੌਰ ਨਾਲ ਇਹ ਜਾਨਵਰ ਨੂੰ ਵੇਖੋ ਇਹਦੀਆਂ ਕਿਹੜੀਆਂ ਕਿਹੜੀਆਂ ਅਲਾਮਾਤ ਨੇ। ਜਾਨਵਰ ਦਾ ਬਿਲਕੁਲ ਸੁਸਤ ਹੋ ਜਾਣਾ, ਦਾਇਰੇ ਦੇ ਵਿੱਚ ਘੁੰਮਣ ਲੱਗ ਪੈਣਾ, ਚੱਕਰ ਕੱਟਣ ਲੱਗ ਪੈਣਾ, ਇੱਕ ਸਾਈਡ ਦਾ ਇਸ ਤਰ੍ਹਾਂ ਹੋ ਜਾਣਾ, ਫਾਲਜ ਹੋ ਜਾਣਾ, ਅੱਖਾਂ ਦੀ ਜਿਹੜੀ ਬਿਨਾਈ ਹੈ ਉਹਦਾ ਇੱਕ ਸਾਈਡ ਤੋਂ ਨਜ਼ਰ ਨਾ ਆਉਣਾ, ਜਿਹੜਾ ਕੰਨ ਏ ਉਹਦੀ ਬਿਲਕੁਲ ਜਿਹੜਾ ਡਰੋਪਿੰਗ ਹੋ ਜਾਣਾ, ਔਰ ਜਾਨਵਰ ਦੀ ਜਿਹੜੀ ਗਰਦਨ ਹੈ ਉਹਦੇ ਮਸਲ ਜਿਸ ਟਾਈਮ ਖਿੱਚੇ ਜਾਂਦੇ ਨੇ ਅਤੇ ਉਹ ਜਾਨਵਰ ਦੀ ਧੌਣ ਜਿਹੜੀ ਹੈ ਉਹ ਆਕੜ ਜਾਂਦੀ ਹੈ। ਮੂੰਹ ਦੇ ਵਿੱਚ ਜਿਹੜੇ ਨੇ ਜੋ ਸ਼ੈ ਉਹਨੂੰ ਖਾਧੀ ਹੁੰਦੀ ਹੈ ਉਹ ਮੂੰਹ ਦੇ ਵਿੱਚ ਹੀ ਰਹਿੰਦੀ ਹੈ, ਔਰ ਜਾਨਵਰ ਅੱਗੇ ਲਿਜਾਣ ਦੀ ਕੋਸ਼ਿਸ਼ ਕਰਦਾ ਲੇਕਿਨ ਅੱਗੇ ਗਲੇ ਤੋਂ ਥੱਲੇ ਨਹੀਂ ਜਾਂਦੀ। ਉਹਦੀ ਜਿਹੜੀ ਜ਼ੁਬਾਨ ਹੈ ਉਹਦੀ ਮੂਵਮੈਂਟ ਵੀ ਜਿਹੜੀ ਹੈ ਉਹਦੀ ਮੋਟੈਲਿਟੀ ਘੱਟ ਹੋ ਜਾਂਦੀ ਹੈ। ਜਿਹੜੇ ਮੂੰਹ ਦੇ ਜਿਹੜੇ ਖਾਸ ਤੌਰ ਜਿਹੜੇ ਲਿਪਸ ਨੇ ਇਹਨਾਂ ਦਾ ਫਾਲਜ ਹੋ ਜਾਣਾ, ਜਿਹੜੇ ਚੀਕ ਮਸਲ ਨੇ ਇਹਨਾਂ ਦਾ ਫਾਲਜ ਹੋ ਜਾਣਾ, ਜਬੜਿਆਂ ਦੇ ਜਿਹੜੇ ਮਸਲ ਨੇ ਇਹਨਾਂ ਦਾ ਫਾਲਜ ਹੈ ਹੋ ਜਾਣਾ, ਜੇ ਓਪੈਸਿਟੀ ਹੈ ਅੱਖਾਂ ਦੇ ਵਿੱਚ ਉਹਦਾ ਬਿਨਾਈ ਜਿਹੜੀ ਹੈ ਬਲਾਈਂਡਨੈਸ ਹੋ ਜਾਣਾ। ਇਹ ਬਿਮਾਰੀ ਐਸੀ ਹੈ ਕਿ ਅਗਰ ਐਡਵਾਂਸ ਸਟੇਜ ਚਲੇ ਜਾਏ ਤਾਂ ਜਿਹਦਾ ਇਲਾਜ ਕਰਨਾ ਬੜਾ ਹੀ ਮੁਸ਼ਕਲ ਹੋ ਜਾਂਦਾ ਹੈ, ਅਤੇ ਫਿਰ ਉਸ ਵਕਤ ਜਾਨਵਰ ਦਾ ਐਸੀ ਕੰਡੀਸ਼ਨ ਦੇ ਵਿੱਚ ਨਾ ਤਾਂ ਅਸੀਂ ਉਹਨੂੰ ਸਲਾਟਰ ਕਰ ਸਕਦੇ ਹਾਂ, ਅਗਰ ਸਲਾਟਰ ਕਰੀਏ ਵੀ ਤਾਂ ਉਹਦਾ ਜਿਹੜਾ ਗੋਸ਼ਤ ਹੈ ਉਹ ਖਾਣ ਦੇ ਕਾਬਲ ਵੀ ਨਹੀਂ ਹੁੰਦਾ। ਅਤੇ ਜੀ ਹਾਂ, ਇਹ ਜਿਹੜੀ ਬਿਮਾਰੀ ਹੈ ਇਹਨੂੰ ਅਸੀਂ ਆਪਣੀ ਜ਼ੁਬਾਨ 'ਚ ਕਹਿੰਦੇ ਹਾਂ ਲਿਸਟੋਰੀਓਸਿਸ ਜਾਂ ਲਿਸਟੋਰੀਆ ਮੋਨੋਸਾਈਟੋਜਨੀਜ਼। ਇਹ ਬੈਕਟੀਰੀਅਮ ਹੈ, ਇਹ ਬਿਮਾਰੀ ਖਾਸ ਤੌਰ 'ਤੇ ਹੈ ਅਤੇ ਭੇਡਾਂ ਦੀ ਹੈ, ਲੇਕਿਨ ਜਿਹੜੇ ਦੂਸਰੇ ਰੂਮੀਨੈਂਟ ਨੇ ਇਹ ਉਹਨਾਂ ਨੂੰ ਵੀ ਮੁਤਾਸਰ ਕਰਦੀ ਹੈ, ਔਰ ਖਾਸ ਤੌਰ 'ਤੇ ਉਹ ਭੇਡ ਬੱਕਰੀਆਂ ਜਿਨ੍ਹਾਂ ਦੀ ਉਮਰ ਜਿਹੜੀ ਹੈ ਉਹ ਜ਼ਿਆਦਾ ਹੁੰਦੀ ਹੈ। ਮਿਸਾਲ ਦੇ ਤੌਰ 'ਤੇ 6 ਮਹੀਨੇ ਤੋਂ ਅਬਵ ਜਿਹੜੀ ਹੈ ਭੇਡ ਬੱਕਰੀਆਂ, ਇਹ ਬਿਮਾਰੀ ਉਹਨਾਂ ਦੇ ਵਿੱਚ ਜ਼ਿਆਦਾ ਆਉਂਦੀ ਹੈ, ਔਰ ਖਾਸ ਤੌਰ 'ਤੇ ਜਿਹੜੇ ਜਾਨਵਰਾਂ ਨੂੰ ਅਸੀਂ ਸਾਇਲਜ ਜਿਹੜਾ ਅਸੀਂ ਚਾਰੇ ਦਾ ਅਚਾਰ ਕਹਿੰਦੇ ਹਾਂ, ਜਿਹੜਾ ਸਹੀ ਤਰ੍ਹਾਂ ਫਰਮੈਂਟੇਸ਼ਨ ਦੇ ਅਮਲ 'ਚੋਂ ਨਹੀਂ ਗੁਜ਼ਰਿਆ ਹੁੰਦਾ, ਉਹਦੇ ਵਿੱਚ ਇਹ ਬੈਕਟੀਰੀਅਮ ਜਿਹੜਾ ਐਸੇ ਟੋਕਸਿਨ ਪੈਦਾ ਕਰ ਦਿੰਦਾ ਹੈ, ਲਿਸਟਰੀਓਲਾਈਸਿਨ ਉਹ ਜਿਹੜਾ ਟੋਕਸਿਨ ਪੈਦਾ ਕਰਦਾ ਜਿਹੜਾ ਕਿ ਦਿਮਾਗ ਨੂੰ ਉਹਦੇ ਜਾਨਵਰ ਜਿਹੜਾ ਉਹਦਾ ਜਿਹੜਾ ਬ੍ਰੇਨ ਹੈ ਉਹਦੇ ਵਿੱਚ ਜਾ ਕੇ ਉਹਦੀ ਜਿਹੜੀ ਇਨਫਲੇਮੇਸ਼ਨ ਕਾਜ਼ ਕਰ ਦਿੰਦਾ, ਨਰਵ ਨੂੰ ਡੈਮੇਜ ਕਰਦਾ, ਬ੍ਰੇਨ ਨੂੰ ਡੈਮੇਜ ਕਰ ਦਿੰਦਾ। ਅਤੇ ਇਹ ਬਿਮਾਰੀ ਜਿਹੜੀ ਹੈ ਅਗਰ ਅਸੀਂ ਇਹਦੀਆਂ ਮੋਟੀਆਂ ਮੋਟੀਆਂ ਅਲਾਮਤਾਂ ਵੇਖੀਏ ਤਾਂ ਇਸ ਬਿਮਾਰੀ ਦੇ ਵਿੱਚ ਜਾਨਵਰ ਕੀ ਕਰੇਗਾ, ਜਿਵੇਂ ਤੁਸੀਂ ਇਹ ਵੀਡੀਓ ਦੇ ਵਿੱਚ ਦੇਖ ਹੀ ਰਹੇ ਜੇ, ਇਹ ਪਰਲੇ ਪਾਸੇ ਦੇਖੋ ਨਾ, ਮੇਰੇ ਸੱਜੇ ਪਾਸੇ ਜਿਹੜਾ ਪਿਛਲੇ ਪਾਸੇ ਵੀ ਦੇਖੋ, ਇਹ ਜਿਹੜੀ ਬੱਕਰੀ ਹੈ ਇੱਕ ਤਾਂ ਇਹਦੇ ਜਿਹੜੇ ਜਬੜੇ ਨੇ ਉਹ ਕੰਮ ਨਹੀਂ ਕਰਦੇ ਪਏ, ਜਿਹੜੇ ਚੀਕ ਮਸਲ ਨੇ ਉਹਨਾਂ ਦਾ ਫਾਲਜ ਹੋ ਗਿਆ, ਏਅਰ ਡਰੋਪਿੰਗ ਕੰਨ ਜਿਹੜੇ ਨੇ ਉਹ ਬਿਲਕੁਲ ਜਿਹੜੇ ਨੇ ਉਹ ਡਿੱਗ ਪਏ ਨੇ, ਦੇਰ ਇਜ਼ ਨੋ ਮੂਵਮੈਂਟ ਆਫ ਦੀ ਏਅਰ ਐਂਡ ਦੇਰ ਇਜ਼ ਓਪੈਸਿਟੀ ਆਫ ਦੀ ਆਈ। ਜਿਹੜੀਆਂ ਅੱਖਾਂ ਨੇ ਬਾਈਲੈਟਰਲ ਵੀ ਹੋ ਸਕਦੀ ਹੈ, ਲੇਕਿਨ ਮੋਸਟ ਆਫ ਦੀ ਕੇਸਿਸ ਜਿਹੜੇ ਅਸੀਂ ਵੇਖਣੇ ਹਾਂ ਇਹਦੇ ਵਿੱਚ ਜਾਨਵਰ ਜਿਹੜਾ ਇੱਕ ਸਾਈਡ ਜਿਹੜੀ ਹੈ ਉਹਦੀ ਇੱਕ ਅੱਖ ਜਿਹੜੀ ਬਿਨਾਈ ਹੈ ਉਹ ਚਲੇ ਜਾਂਦੀ ਹੈ। ਫਿਰ ਕੀ ਹੁੰਦਾ, ਜਿਵੇਂ ਜਿਵੇਂ ਬਿਮਾਰੀ ਐਡਵਾਂਸ ਸਟੇਜ 'ਚ ਅੱਗੇ ਜਾਂਦੀ ਹੈ ਫਿਰ ਜਾਨਵਰ ਜਿਹੜਾ ਉਹ ਵੇਖੋਗੇ ਕਿ ਆਮ ਤੌਰ 'ਤੇ ਦਾਇਰੇ 'ਚ ਘੁੰਮਣ ਲੱਗ ਪੈਂਦਾ, ਔਰ ਅਗਰ ਉਹ ਚੱਲਦਾ ਹੈ ਤਾਂ ਚੱਲਦਿਆਂ ਚੱਲਦਿਆਂ ਜਿਹੜਾ ਉਹ ਡਿੱਗਣ ਲੱਗ ਪੈਂਦਾ, ਉਹ ਆਪਣੇ ਆਪ ਨੂੰ ਸਟੇਬਲ ਕਰਨ ਦੀ ਕੋਸ਼ਿਸ਼ ਕਰਦਾ, ਲੇਕਿਨ ਫਿਰ ਕੀ ਹੁੰਦਾ ਜਾਨਵਰ ਜਿਹੜਾ ਉਹ ਡਿੱਗਣ ਲੱਗ ਪੈਂਦਾ। ਜਿਸ ਟਾਈਮ ਅੱਖਾਂ ਦੀ ਬਿਨਾਈ ਨਹੀਂ ਰਹਿੰਦੀ ਤਾਂ ਫਿਰ ਉਹ ਉਸੇ ਪਾਸੇ ਜਿਹੜਾ ਉਹ ਚੱਕਰ ਕੱਟਣ ਲੱਗ ਪੈਂਦਾ, ਕਿਉਂਕਿ ਜੋ ਜਿਹੜੀ ਟ੍ਰਾਈਜੀਮੀਨਲ ਨਰਵ ਹੈ ਇਹਦੇ ਵਿੱਚ ਉਹ ਮੁਤਾਸਰ ਹੁੰਦੀ ਹੈ। ਅਤੇ ਇਸ ਬਿਮਾਰੀ ਦੇ ਵਿੱਚ ਲਿਸਟੋਰੀਓਸਿਸ ਦੇ ਵਿੱਚ ਜਿਹੜੀ ਹੈ ਜਾਨਵਰ ਨੂੰ ਇੱਕ ਤਾਂ ਹਾਈ ਰਾਈਜ਼ ਆ ਬਾਡੀ ਟੈਂਪਰੇਚਰ, ਜਾਨਵਰ ਨੂੰ ਬੁਖਾਰ ਹੁੰਦਾ 103 ਤੋਂ ਲੈ ਕੇ 106 ਜਿਹੜਾ, ਜਿਸ ਟਾਈਮ ਜਾਨਵਰ ਨੂੰ ਬੁਖਾਰ ਹੋ ਜਾਂਦਾ ਉਹ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦਾ, ਆਮ ਜਿਹੜੇ ਬਾਕੀ ਜਾਨਵਰ ਨੇ ਉਹਨਾਂ ਤੋਂ ਉਹ ਬਿਲਕੁਲ ਵੱਖਰਾ ਹੋ ਜਾਂਦਾ, ਔਰ ਆਪਣਾ ਸਿਰ ਜਿਹੜਾ ਉਹ ਥੱਲੇ ਸੁੱਟ ਕੇ ਜਿਹੜਾ ਉਹ ਖਲੋਜੇਗਾ,
ਅਗਰ ਕੋਈ ਦੀਵਾਰ ਹੈ ਤਾਂ ਉਹ ਦੀਵਾਰ ਦੇ ਨਾਲ ਆਪਣਾ ਜਿਹੜਾ ਸਿਰ ਔਰ ਆਪਣੀ ਬਾਡੀ ਨੂੰ ਜਿਹੜਾ ਉਹ ਸਹਾਰਾ ਦੇ ਕੇ ਉਹ ਕੋਸ਼ਿਸ਼ ਕਰਦਾ ਕਿ ਮੈਂ ਖੜ੍ਹਾ ਰਹਾਂ। ਔਰ ਫਿਰ ਜਿਵੇਂ ਜਿਵੇਂ ਬਿਮਾਰੀ ਅੱਗੇ ਜਾਂਦੀ ਹੈ, ਇੱਕ ਸਾਈਡ ਦੀ ਜਿਹੜੀ ਬਿਨਾਈ ਹੈ ਉਹ ਚਲੇ ਜਾਂਦੀ ਹੈ, ਜਿਹੜੇ ਉਹ ਜਬੜੇ ਨੇ ਉਹਨਾਂ ਦੇ ਮਸਲ ਜਿਹੜੇ ਨੇ ਚੀਕ ਮਸਲ ਉਹਨਾਂ ਦਾ ਪੈਰਾਲਿਸਿਸ ਯੂਨੀਲੈਟਰਲ ਜਿਹੜਾ ਪੈਰਾਲਿਸਿਸ ਆ ਉਹ ਜਾਂਦਾ, ਡਰੋਪਿੰਗ ਆਫ ਦੀ ਈਅਰ ਕੰਨ ਜਿਹੜੇ ਨੇ ਉਹ ਬਿਲਕੁਲ ਜਿਹੜਾ ਉਹ ਲਟਕ ਜਾਂਦੇ ਨੇ, ਉਹਨਾਂ ਦੀ ਹਰਕਤ ਨਹੀਂ ਰਹਿੰਦੀ, ਦੇਰ ਇਜ਼ ਨੋ ਬਲਿੰਕਿੰਗ। ਜਿਸ ਟਾਈਮ ਅਸੀਂ ਅੱਖ ਜਿਵੇਂ ਦੇਖੋ ਇਹ ਬੱਕਰੀ ਜਿਹੜੀ ਹੈ ਅਤੇ ਵੇਖਦੇ ਪਏ ਜੇ ਇਹਦੀ ਇੱਕ ਤਾਂ ਬਿਨਾਈ ਵੀ ਕੋਈ ਨਹੀਂ, ਫਿਰ ਜਿਹੜੇ ਉਹਦੇ ਲਿਪਸ ਨੇ ਦੇਰ ਇਜ਼ ਪੈਰਾਲਿਸਿਸ ਆਫ ਦੀ ਲਿਪਸ, ਉਹਦਾ ਜਿਹੜਾ ਫਾਲਜ ਹੋ ਜਾਂਦਾ, ਜਿਹੜੇ ਪ੍ਰੀਹੈਂਸ਼ਨ ਜਿਹੜੇ ਉਹਦੇ ਲਿਪਸ ਨੇ ਉਹਦੇ ਬੁੱਲ ਜਿਹੜੇ ਨੇ ਉਹ ਕੋਸ਼ਿਸ਼ ਕਰਦਾ, ਜਾਨਵਰ ਨੂੰ ਭੁੱਖ ਲੱਗੀ ਹੁੰਦੀ ਹੈ ਉਹ ਪੱਠੇ ਖਾਣ ਦੀ ਕੋਸ਼ਿਸ਼ ਕਰਦਾ, ਲੇਕਿਨ ਉਹ ਪੱਠੇ ਉਹਦੇ ਮੂੰਹ ਦੇ ਵਿੱਚ ਹੀ ਰਹਿ ਜਾਂਦੇ ਨੇ, ਅੱਗੇ ਨਹੀਂ ਜਾਂਦੇ, ਕਿਉਂਕਿ ਜਿਹੜੇ ਲਰਿੰਜੀਅਲ ਮਸਲ ਨੇ ਉਹਨਾਂ ਦੀ ਵੀ ਇਹਦੇ ਵਿੱਚ ਪੈਰਾਲਿਸਿਸ ਹੋ ਜਾਂਦੀ ਹੈ, ਉਹਦਾ ਫਾਲਜ ਹੋ ਜਾਂਦਾ, ਜਿਹਦੀ ਵਜ੍ਹਾ ਤੋਂ ਜਾਨਵਰ ਜਿਹੜਾ ਉਹ ਵਿਚਾਰਾ ਜਿਹੜੇ ਪੱਠੇ ਚੁੱਕਦਾ ਉਹ ਖਾਣ ਦੀ ਕੋਸ਼ਿਸ਼ ਕਰਦਾ, ਉਹ ਅੱਗੇ ਨਹੀਂ ਜਾਂਦੇ। ਇੱਕ ਇਹ ਹੋ ਗਿਆ, ਔਰ ਦੇਰ ਇਜ਼ ਇਨਕੋਆਰਡੀਨੇਸ਼ਨ, ਜਾਨਵਰ ਜਿਹੜਾ ਉਹ ਜਿਸ ਟਾਈਮ ਨੂੰ ਚਲਾਉਂਦੇ ਹਾਂ ਅਤੇ ਉਹ ਚਲਦਿਆਂ ਚਲਦਿਆਂ ਜਿਹੜਾ ਉਹ ਅਚਾਨਕ ਉਹ ਡਿੱਗ ਪੈਂਦਾ, ਔਰ ਇਹਦੇ ਵਿੱਚ ਜਿਹੜਾ ਬ੍ਰੇਨ ਦਾ ਅਡੀਮਾ ਹੋਣ ਨਾਲ ਦਿਮਾਗ ਦੇ ਵਿੱਚ ਜਿਹੜਾ ਜਿਸ ਟਾਈਮ ਉਹਦੀ ਸੋਜਿਸ਼ ਹੋ ਜਾਂਦੀ ਹੈ, ਅਡੀਮਾ ਬਣ ਜਾਂਦਾ, ਅਤੇ ਫਿਰ ਜਾਨਵਰ ਜਿਹੜਾ ਉਹ ਚੱਕਰ ਕੱਟਦੇ ਕੱਟਦੇ ਜਿਹੜਾ ਉਹ ਡਿੱਗਣ ਲੱਗ ਪੈਂਦਾ, ਉਹ ਜਿਹੜਾ ਆਪਣੇ ਆਪ ਨੂੰ ਸਟੇਬਲ ਨਹੀਂ ਕਰ ਪਾਉਂਦਾ, ਦੋ ਜਿਹੜੀਆਂ ਉਹਦੀਆਂ ਚਾਰਿਆਂ ਲੱਤਾਂ ਜਿਹੜੀਆਂ ਉਹ ਕੰਮ ਨਹੀਂ ਕਰਦੀਆਂ। ਖਾਸ ਤੌਰ 'ਤੇ ਜਿਹੜੀਆਂ ਪਿਛਲੀਆਂ ਲੱਤਾਂ ਨੇ ਇਸ ਬਿਮਾਰੀ ਦੇ ਵਿੱਚ ਜਾਨਵਰ ਦੀਆਂ ਪਿਛਲੀਆਂ ਲੱਤਾਂ ਦਾ ਜਿਹੜਾ ਉਹ ਹਾਈਂਡ ਕੁਆਟਰ ਦਾ ਜਿਹੜਾ ਪੈਰਾਲਿਸਿਸ ਹੋ ਜਾਂਦਾ, ਫਾਲਜ ਜਿਹੜਾ ਉਹ ਹੋ ਜਾਂਦਾ, ਫਿਰ ਜਾਨਵਰ ਜਿਹੜਾ ਉਹ ਬਿਲਕੁਲ ਹੀ ਜਿਹੜਾ ਉਹ ਉੱਠ ਨਹੀਂ ਸਕਦਾ, ਜਾਨਵਰ ਜਿਸ ਟਾਈਮ ਚਲਦਿਆਂ ਚਲਦਿਆਂ ਡਿੱਗ ਪੈਂਦਾ, ਉਹ ਵਿਚਾਰਾ ਉੱਠਣ ਦੀ ਕੋਸ਼ਿਸ਼ ਕਰਦਾ ਲੇਕਿਨ ਉਹ ਫਿਰ ਜਿਹੜਾ ਉਹ ਡਿੱਗ ਪੈਂਦਾ, ਲੇਕਿਨ ਜਿਸ ਟਾਈਮ ਦੁਬਾਰਾ ਉਹ ਡਿੱਗਦਾ ਐਡਵਾਂਸ ਆਖਰੀ ਟਰਮੀਨਲ ਸਟੇਜ ਦੇ ਵਿੱਚ, ਉਹ ਜਾਨਵਰ ਵਿਚਾਰਾ ਫਿਰ ਦੁਬਾਰਾ ਕਦੇ ਵੀ ਜਿਹੜਾ ਉਹ ਖੜ੍ਹਾ ਨਹੀਂ ਹੋ ਪਾਉਂਦਾ, ਉਹ ਜਿਹੜੀ ਉਹਦੀ ਸੈਲੀਵੇਸ਼ਨ ਹੈ ਦੇਰ ਇਜ਼ ਫਰੋਥੀ ਸੈਲੀਵੇਸ਼ਨ ਫਰਾਂ ਦੀ ਮਾਊਥ, ਉਹਦੇ ਮੂੰਹ ਦੇ ਵਿੱਚੋਂ ਜਿਹੜੀ ਹੈ ਉਹ ਥੁੱਕ ਜਿਹੜਾ ਉਹ ਲਾਭ ਜਿਹੜਾ ਉਹ ਡਿੱਗਣ ਲੱਗ ਪੈਂਦਾ, ਰਾਲਾਂ ਜਿਹੜੀਆਂ ਨੇ ਉਹ ਡਿੱਗਣ ਲੱਗ ਪੈਂਦੀਆਂ ਨੇ, ਕਿਉਂਕਿ ਜਿਹੜੇ ਚੀਕ ਮਸਲ ਨੇ ਜਿਹੜੇ ਉਹਦੇ ਲਿਪਸ ਨੇ ਹੁੰਟਾਂ ਦਾ ਜਿਹੜਾ ਚਿਹਰੇ ਦਾ ਜਿਹੜਾ ਉਹ ਇੱਕ ਸਾਈਡ ਦਾ ਜਿਹੜਾ ਉਹ ਬਿਲਕੁਲ ਫਲਜਿਆ ਹੋ ਜਾਂਦਾ, ਕਿਉਂਕਿ ਉਹ ਮਸਲ ਜਿਹੜੇ ਸਹੀ ਤਰ੍ਹਾਂ ਕੰਮ ਨਹੀਂ ਕਰਦੇ। ਐਡ ਦਾ ਫਿਰ ਅੱਗੇ ਜਾ ਕੇ ਕਿਉਂਕਿ ਇਹਦੀਆਂ ਜਿਹੜੀਆਂ ਤਿੰਨ ਜਿਹੜੀਆਂ ਸਟੇਜਾਂ ਐਨਸੈਫਲਾਈਟਿਸ ਫਾਰਮ ਦੇ ਵਿੱਚ ਹੈ ਜਾਂ ਸੈਪਟੀਸੀਮਿਕ ਫਾਰਮ ਦੇ ਵਿੱਚ ਹੈ, ਤੀਸਰੀ ਜਿਹੜੀ ਅਬੋਰਸ਼ਨ, ਅਗਰ ਤੁਹਾਡਾ ਜਾਨਵਰ ਅਗਰ ਉਹ ਗੱਭਣ ਹੈ ਚੌਥੇ ਮਹੀਨੇ ਦੇ ਵਿੱਚ ਹੈ, ਆਖਰੀ ਟ੍ਰਾਈਮੈਸਟਰ ਉਹਦਾ ਜਾਂਦਾ ਪਿਆ ਭੇਡ ਬੱਕਰੀਆਂ ਦੇ ਵਿੱਚ, ਖਾਸ ਤੌਰ 'ਤੇ ਜਿਹੜਾ ਲਾਸਟ ਟ੍ਰਾਈਮੈਸਟਰ ਦੇ ਵਿੱਚ ਜਿਹੜਾ ਉਹਦੇ ਵਿੱਚ ਜਾਨਵਰ ਦਾ ਜਿਹੜਾ ਗੱਭਣ ਹੈ ਉਹਦੇ ਵਿੱਚ, ਕਿਉਂਕਿ ਬਿਮਾਰੀ ਦਾ ਹਾਈ ਰਾਈਜ਼ ਦਾ ਬਾਡੀ ਟੈਂਪਰੇਚਰ ਜਿਸ ਟਾਈਮ ਬੁਖਾਰ ਜ਼ਿਆਦਾ ਹੁੰਦਾ, ਜਾਨਵਰ ਦਾ ਅਬੋਰਸ਼ਨ ਹੋਣ ਦੇ ਜਿਹੜੇ ਨੇ ਉਹ ਜ਼ਿਆਦਾ ਚਾਂਸ ਹੁੰਦੇ ਨੇ, ਯਾਨੀ ਕਿ ਉਹਦੇ ਬੱਚੇ ਜਿਹੜੇ ਨੇ ਜਾਨਵਰ ਦੇ ਹਮਲਾ ਜਾਨਵਰ ਦਾ ਹਮਲ ਜਿਹੜਾ ਉਹ ਜ਼ਾਇਆ ਹੋ ਜਾਂਦਾ। ਇਸ ਤਰ੍ਹਾਂ ਮੱਝਾਂ ਦੇ ਵਿੱਚ ਵੀ ਜਿਹੜੀ ਆਖਰੀ ਸਟੇਜ ਹੁੰਦੀ ਆ ਲਾਸਟ ਟ੍ਰਾਈਮੈਸਟਰ, ਉਹਨਾਂ ਦੇ ਵਿੱਚ ਜਿਹੜਾ ਜਾਨਵਰ ਆਪਣਾ ਬੱਚੇ ਜਿਹੜੇ ਨੇ ਉਹ ਜ਼ਾਇਆ ਕਰ ਦਿੰਦੇ ਨੇ। ਸੈਪਟੀਸੀਮਿਕ ਫਾਰਮ ਦੇ ਵਿੱਚ ਵੀ ਜਾਨਵਰ ਨੂੰ ਬੁਖਾਰ ਵੀ ਹੁੰਦਾ, ਛੋਟੇ ਜਾਨਵਰ ਖਾਸ ਤੌਰ 'ਤੇ ਦੇਰ ਇਜ਼ ਡਾਇਰੀਆ, ਕਿਉਂਕਿ ਜਿਹੜੀ ਇੰਟਸਟੀਨਲ ਮੋਟੈਲਿਟੀ ਹੈ ਆਂਦਰਾਂ ਦੀ ਜਿਹੜੀ ਹਰਕਤ ਹੈ ਉਹ ਵੱਧ ਜਾਂਦੀ ਹੈ, ਜਾਨਵਰ ਨੂੰ ਹਾਈ ਰਾਈਜ਼ ਦਾ ਬਾਡੀ ਟੈਂਪਰੇਚਰ ਹੋ ਜਾਂਦਾ, ਸੈਪਟੀਸੀਮਿਕ ਫਾਰਮ ਹੋ ਜਾਂਦੀ ਹੈ, ਕਿਉਂਕਿ ਫਿਰ ਜਿਸਮ ਦੇ ਵਿੱਚ ਜਿਹੜਾ ਬਲੱਡ ਹੈ ਜਿਹੜੇ ਲਹੂ ਹੈ ਉਹਦੇ ਵਿੱਚ ਵੀ ਜਿਸ ਟਾਈਮ ਇਹ ਜਰਾਸੂਮੇ ਚਲੇ ਜਾਂਦੇ ਨੇ ਅਤੇ ਫਿਰ ਐਂਟਰਾਈਟਸ ਜਿਹੜੀ ਹੈ ਆਂਤਰੀਆਂ ਦੀ ਸੋਜਿਸ਼ ਉਹ ਕਰ ਦਿੰਦੇ ਨੇ, ਕੋਰੀਅਲ ਓਪੈਸਿਟੀ ਜਿਹੜੀ ਹੈ
ਅੱਖਾਂ ਜਿਹੜੀਆਂ ਨੇ ਉਹਨਾਂ ਦਾ ਬਿਨਾਈ ਜਿਹੜੀ ਹੈ ਚਲੇ ਜਾਂਦੀ ਹੈ, ਫਿਰ ਅੱਖਾਂ ਦੇ ਵਿੱਚ ਅਲਸਰ ਜਿਹੜੀ ਹੈ ਉਹ ਅੱਖਾਂ ਵਿੱਚ ਜ਼ਖਮ ਕਰ ਦਿੰਦੇ ਨੇ, ਔਰ ਫਿਰ ਸਟਿੱਕੀ ਸਕਰੀਸ਼ਨ ਜਿਹੜੀ ਹੈ ਉਹ ਆਉਣ ਲੱਗ ਪੈਂਦੀ ਹੈ, ਔਰ ਅਗਰ ਗਰਮੀਆਂ ਦਾ ਮੌਸਮ ਹੈ ਬਰਸਾਤ ਦਾ ਮੌਸਮ ਉਹਦੇ ਵਿੱਚ ਕੀ ਹੁੰਦਾ, ਇਸ ਕੰਡੀਸ਼ਨ ਦੇ ਵਿੱਚ ਜਿਸ ਤਰ੍ਹਾਂ ਮੱਖੀਆਂ ਜ਼ਿਆਦਾ ਆ ਕੇ ਉੱਤੇ ਬਹਿੰਦੀਆਂ ਨੇ ਉਹ ਆਪਣਾ ਐਗਸ ਦਿੰਦੀਆਂ ਨੇ, ਐਗ ਜਿਹੜੇ ਫਿਰ ਲਾਰਵੇ ਦੇ ਵਿੱਚ ਕਨਵਰਟ, ਉਹੀ ਜਿਹੜੇ ਉਹ ਮੈਗਟ ਬਣ ਜਾਂਦੇ, ਉਹ ਇੰਨੀ ਸ਼ਦੀਦ ਕੰਡੀਸ਼ਨ ਹੁੰਦੀ ਹੈ ਕਿ ਜਾਨਵਰ ਫਿਰ ਅੱਲਾ ਮਾਫ਼ ਕਰੇ ਅੰਦਰ ਦੇ ਜਿਹੜੇ ਟਿਸ਼ੂ ਨੇ ਉਹ ਵੀ ਜਿਹੜੇ ਉਹ ਡੈਮੇਜ ਹੋਣਾ ਸ਼ੁਰੂ ਹੋ ਜਾਂਦੇ ਨੇ, ਉਹ ਮੈਗਟ ਖਾਣਾ ਸ਼ੁਰੂ ਕਰ ਦਿੰਦੇ ਨੇ। ਅਤੇ ਜਿਹੜੀ ਇਨਸਫਲੈਟਿਸ ਫਾਰਮ ਹੈ, ਦਿਮਾਗੀ ਜਿਹੜੀ ਕੰਡੀਸ਼ਨ ਹੈ ਜਾਨਵਰ ਦਾ, ਦਿਮਾਗ ਦੇ ਨੇ ਜਿਹੜੇ ਚੰਗੀ ਤਰ੍ਹਾਂ ਪਕਾਉਣਾ ਨੇ ਉਹਨਾਂ ਦੀ ਜਿਹੜੀ ਫਰਾਈ ਕਰਨਾ, ਇਨਫਲੇਮੇਸ਼ਨ ਹੋ ਜਾਂਦੀ ਹੈ, ਸੋਜ਼ਿਸ਼ ਹੋ ਜਾਂਦੀ ਹੈ, ਫਿਰ ਜਾਨਵਰ ਜਿਹੜਾ ਉਹ ਵਿਚਾਰਾ ਜਾਂ ਹੈਡ ਪ੍ਰੈਸਿੰਗ ਵੀ ਕਰਦਾ, ਦੀਵਾਰ ਦੇ ਨਾਲ ਟੇਕ ਲਾ ਲੈਂਦਾ। ਇਸ ਕੰਡੀਸ਼ਨ ਦੇ ਵਿੱਚ ਜਿਸ ਤਰ੍ਹਾਂ ਵੇਖੋ ਜਾਨਵਰ ਆ ਗਿਆ, ਫਿਰ ਇਹਦਾ ਬਚਣਾ ਬਹੁਤ ਹੀ ਔਖਾ ਹੋ ਜਾਂਦਾ। ਅਤੇ ਇਹਦਾ ਵਾਹਦ ਇਹੀ ਇਲਾਜ ਹੈ ਕਿ ਬਿਮਾਰੀ ਆਉਣ ਤੋਂ ਪਹਿਲਾਂ ਆਪਣੇ ਜਾਨਵਰ ਨੂੰ ਇੱਕ ਤਾਂ ਹਿਫਾਜ਼ਤੀ ਜਿਹੜੇ ਨੇ ਟੀਕਾ ਜਾਤ ਉਹ ਲਾਜ਼ਮੀ ਲਵਾਓ, ਇਹਦੇ ਜਿਹੜੇ ਨੇ ਇਹਦੀ ਵੈਕਸੀਨੇਸ਼ਨ ਜਿਹੜੀ ਹੈ ਉਹ ਵੀ ਹੁੰਦੀ ਹੈ, ਉਹ ਲਾਜ਼ਮੀ ਕਰਾਓ। ਔਰ ਅਗਰ ਜਿਵੇਂ ਮੈਂ ਤੁਹਾਨੂੰ ਦੱਸਿਆ ਅਲਾਮਤਾਂ ਵਿੱਚ, ਜਿਵੇਂ ਦੇਖਦੇ ਪਏ ਜੀ ਆਪਣੀ ਬੱਕਰੀ ਜਿਹੜੀ ਹੈ ਇੱਕ ਵੱਡੀ ਬੱਕਰੀ ਹੈ, ਫਿਰ ਛੋਟਾ ਜਿਹੜਾ ਮੈਮਣਾ ਹੈ, ਫਿਰ ਜਾਨਵਰ ਅਕਸਰ ਰੁਕਾ ਦਿਖਿਆ, ਉਹ ਜਾਨਵਰ ਜਿਹੜਾ ਉਹ ਆਸਮਾਨ ਦੀ ਤਰਫ ਹੀ ਤਾਰੇ, ਜਿਹਨੂੰ ਸਟਾਰ ਗਰੇਜ਼ਿੰਗ ਕਹਿੰਦੇ ਆ, ਜਾਨਵਰ ਉੱਤੇ ਨੂੰ ਮੂੰਹ ਕਰਕੇ, ਔਰ ਬਸ ਔਕਾਤ ਕੀ ਹੁੰਦਾ ਕਿ ਜਿਹੜਾ ਹੈੱਡ ਆ ਉਹ ਬਿਲਕੁਲ ਹੀ ਪਿੱਛੇ ਨੂੰ ਜਿਹੜਾ ਉਹ ਚਲਾ ਜਾਂਦਾ, ਆਕੜ ਜਾਂਦੀ ਹੈ ਧੌਣ ਉਹਦੀ। ਅਤੇ ਇਹ ਤਾਂ ਸੀ ਸਾਰੀਆਂ ਵੱਡੀਆਂ ਵੱਡੀਆਂ ਮੋਟੀ ਸਪੈਸੀਫਿਕ ਜਿਹੜੀਆਂ ਅਲਾਮਾਤ ਨੇ। ਅਤੇ ਅਗਰ ਮੂੰਹ 'ਚ ਜੋ ਸੈਲੀਵੇਸ਼ਨ ਆਉਣਾ, ਥੁੱਕ ਆਉਣਾ, ਰਾਲਾਂ ਆਉਣੀਆਂ, ਇਹ ਰੇਬੀਜ਼ ਦੇ ਵਿੱਚ ਵੀ ਹੁੰਦਾ, ਪੋਲੀਓ ਇਨਸੈਫਲਾਈਟਿਸ, ਪੋਲੀਓ ਇਨਸੈਫਲੋ ਮਲੇਸ਼ੀਆ ਦੇ ਵਿੱਚ ਵੀ ਜਿਹੜਾ ਇਹ ਅਲਾਮਾਤ ਵੇਖਣ 'ਚ ਆਉਂਦੀਆਂ ਨੇ, ਜਾਂ ਰੇਬੀਜ਼ ਦੇ ਵਿੱਚ ਵੀ ਇਹ ਅਲਾਮਤਾਂ ਵੇਖਣ 'ਚ ਆਉਂਦੀਆਂ ਨੇ। ਲੇਕਿਨ ਇਹ ਡਿਫਰੈਂਸ਼ੀਏਟ ਕਰਨਾ ਜਿਹੜਾ ਇਹਨੂੰ ਬੜਾ ਔਖਾ ਹੋ ਜਾਂਦਾ, ਲੇਕਿਨ ਅਲਾਮਾਤ ਤੋਂ, ਹਿਸਟਰੀ ਤੋਂ, ਜਾਂ ਫਿਰ ਇੱਕ ਨੇਜ਼ਲ ਬੂਟ ਫਲਾਈ ਜਿਹੜੀ ਹੈ, ਐਸਟਸ ਓਵਿਸ ਜਿਹੜੀ ਹੈ, ਉਹਦੇ ਵਿੱਚ ਵੀ ਇਹ ਕੰਡੀਸ਼ਨ ਜਿਹੜੀ ਹੈ, ਕਿਉਂਕਿ ਉਹ ਮੱਖੀਆਂ ਤੋਂ ਜਿਹੜੀ ਹੈ ਨੱਕ ਦੇ ਵਿੱਚ ਜਿਹੜੇ ਨੇ ਉਹ ਲਾਰਵੇ ਚਲੇ ਜਾਂਦੇ ਨੇ, ਮੈਗਟ ਚਲੇ ਨੇ ਉਹ ਬਣ ਜਾਂਦੇ ਨੇ, ਉਹ ਜਾਨਵਰ ਜਿਹੜਾ ਉਹ ਵੀ ਚੱਕਰ ਜਿਹੜਾ ਉਹ ਕੱਟਣ ਲੱਗ ਪੈਂਦਾ। ਲੇਕਿਨ ਅਗਰ ਉਹਦੇ ਨੱਕ ਨੂੰ ਅਸੀਂ ਛੇੜੀਏ, ਨੱਕ ਨੂੰ ਵਾਰ ਵਾਰ ਉਹਦਾ ਮਸਾਜ ਕਰੀਏ, ਉਹਨੂੰ ਦਵਾਈਏ ਨੱਕ ਨੂੰ, ਤਾਂ ਫਿਰ ਉਹ ਲਾਰਵੇ ਨਿਸ਼ਾਂ ਦੇ ਨਾਲ ਬਾਹਰ ਆ ਜਾਂਦੇ ਨੇ, ਔਰ ਜਾਨਵਰ ਨੂੰ ਕਾਫੀ ਅਫਾਕਾ ਹੋ ਜਾਂਦਾ। ਇਹ ਤਾਂ ਸਾਰੀਆਂ ਅਲਾਮਤ ਸਨ, ਇਹਦਾ ਵਜ੍ਹਾ ਸਬਬ ਸੀ, ਇਹ ਕਿਵੇਂ ਆਉਂਦਾ, ਕੀ ਕਿਹੜੀਆਂ ਅਲਾਮਤਾਂ ਸਨ। ਅਗਰ ਅੱਲਾ ਨਾ ਕਰੇ ਜਾਨਵਰ ਦੇ ਵਿੱਚ ਬਿਮਾਰੀਆਂ ਸਾਰੀਆਂ ਆ ਗਈਆਂ ਨੇ, ਅਤੇ ਹੁਣ ਇਹਦਾ ਇਲਾਜ ਕਿਵੇਂ ਕਰਨਾ। ਅਗਰ ਤਾਂ ਤੁਸੀਂ ਐਜ਼ ਅਰਲੀ ਐਜ਼ ਪੋਸੀਬਲ ਇਨੀਸ਼ੀਅਲ ਸਟੇਜ ਦੇ ਵਿੱਚ ਜਾਨਵਰ ਨੂੰ ਉਹਦਾ ਇਲਾਜ ਕਰਨਾ ਬੜਾ ਹੀ ਸੌਖਾ ਹੋ ਜਾਂਦਾ। ਅਗਰ ਇੱਕ ਹਫ਼ਤੇ ਤੱਕ ਅਸੀਂ ਮੁਸਲਸਲ ਕੰਟੀਨਿਊ ਉਹਦਾ ਇਲਾਜ ਕਰਨੇ, ਐਂਟੀਬਾਇਓਟਿਕ ਅੱਛੀ ਉਹਨੂੰ ਦਿੰਦੇ ਹਾਂ, ਇਹਦੇ ਵਿੱਚ ਜਿਹੜੀਆਂ ਨੇ ਅਸੀਂ ਜਿਹੜੀ ਆਪਣੀ ਆ ਜਾਂਦੀ ਹੈ ਜੀ 5 ਗ੍ਰਾਮ ਵਾਲਾ ਟੀਕਾ ਜਿਹੜੀ ਹੈ, ਯਾਨੀ ਕਿ ਇੱਕ ਤਾਂ ਪੈਨਸਲੀਨ ਗਰੁੱਪ ਬੜਾ ਅੱਛਾ ਇਹਦੇ ਵਿੱਚ ਕੰਮ ਕਰਦਾ, ਆਕਸੀ ਟੈਟਰਾਸਾਈਕਲੀਨ ਜਿਹੜਾ ਉਹ ਬੜਾ ਅੱਛਾ ਕੰਮ ਕਰਦਾ। ਲੇਕਿਨ ਅਗਰ ਜਿਸ ਨੂੰ ਦੇਖੋ ਜਾਨਵਰ ਜਿਹੜੇ ਅਲਾਮਾਤ ਨਿਊਰੋਲੋਜੀਕਲ ਸਾਈਨ ਦਿੰਦਾ ਪਿਆ, ਨਾਲ ਅਸੀਂ ਕੀ ਕਹਿੰਦੇ ਹਾਂ ਥਾਇਆਮੀਨ ਜਿਹੜੀ ਹੈ B1 ਜਿਹੜਾ ਉਹਦੀ ਜਿਹੜੀ ਮਿਕਦਾਰ ਹੈ 10 ਤੋਂ 20 ਮਿਲੀਗ੍ਰਾਮ ਪਰ ਕੇ ਜੀ ਬਾਡੀ ਵੇਟ, ਇਨੀਸ਼ੀਅਲ ਸਟੇਜ ਜਿਹੜੀ ਹੈ ਹਾਈ ਡੋਜ਼ ਇੰਟਰਾ ਜਿਹੜੀ ਹੈ ਆਪਣਾ ਤੁਸੀਂ ਉਹਦੀ ਜੁਗਲਰ ਵੇਨ ਜਿਹੜੀ ਹੈ ਉਹ ਖੂਨ ਦੇ ਵਿੱਚ ਜਿਹੜੀ ਨਸ ਦੇ ਵਿੱਚ ਲਾਵਾਂਗੇ ਟੀਕਾ, ਅਤੇ ਇਹਦੇ ਨਾਲ ਹੀ ਪਹਿਲੀ ਖੁਰਾਕ ਦੇਣ ਨਾਲ ਕਾਫੀ ਜਾਨਵਰ ਜਿਹੜਾ ਉਹ ਬਿਹਤਰ। ਔਰ ਅਗਰ ਜਾਨਵਰ ਨੂੰ ਨਾਲ ਬੁਖਾਰ ਵੀ ਹੈ ਤਾਂ ਉਹਦੇ ਵਾਸਤੇ ਕੀਟੋਪਰੂਫਨ ਜਿਹੜਾ ਜਾਂ ਮਿਲੋਕਸੀਕੇਮ ਜੇ ਹੈ, ਡਿਕਲੋਫਨੈਕਸ ਸੋਡੀਅਮ ਹੈ, ਉਹਦਾ ਵੀ ਅਸੀਂ ਇਸਤੇਮਾਲ ਕਰ ਸਕਦੇ ਹਾਂ। ਲੇਕਿਨ ਮਿਲੋਕਸੀਕੇਮ ਜਾਂ ਫਲੂਨਿਕਸਨ ਮੈਗਲੋਮੀਨ ਜਿਹੜਾ ਉਹਦਾ ਵੀ ਅੱਛਾ ਬੜਾ ਰਿਸਪੋਂਸ ਆਇਆ। ਔਰ ਅਗਰ ਜਾਨਵਰ ਬਿਲਕੁਲ ਨਹੀਂ ਖਾਂਦਾ ਪਿਆ, ਦੇਰ ਇਜ਼ ਡੀਹਾਈਡਰੇਸ਼ਨ, ਉਹਦੇ ਵਾਸਤੇ ਅਸੀਂ ਸਪੋਰਟਿਵ ਜਿਹੜਾ ਥਰਾਪੀ ਹੈ, ਇਲੈਕਟ੍ਰੋਲਾਈਟ ਜਿਹੜੇ ਨੇ
ਉਹਦੀ ਜਿਹੜੀ ਅਕੋਰਡਿੰਗ ਟੂ ਦੀ ਬਾਡੀ ਵੇਟ ਜਿਹੜਾ ਜਾਨਵਰ ਨੂੰ ਵੇਖ ਕੇ ਉਹਦੀ ਕੰਡੀਸ਼ਨ ਨੂੰ ਕਿ ਕਿੰਨੇ ਪਰਸੈਂਟ ਉਹਦੇ ਵਿੱਚ ਡੀਹਾਈਡਰੇਸ਼ਨ ਹੈ, ਉਸੇ ਮੁਤਾਬਕ ਜਿਹੜਾ ਆਈ ਵੀ ਫਲੂਡ ਜਿਹੜਾ ਉਹਨੂੰ ਦਿੱਤਾ ਜਾਂਦਾ। ਅਤੇ ਨਾਲ ਮੈਥੀਕੋਬਾਲ ਦੀ ਇੰਜੈਕਸ਼ਨ ਹੈ B12 ਜਿਹੜਾ ਇਹਦੇ ਵਿੱਚ ਅੱਛਾ ਕੰਮ ਕਰਦਾ। ਅਮਾਈਨੋ ਵਿਟਾਲ ਜਿਹੜਾ ਉਹ ਵੀ ਜਿਹੜਾ ਮਲਟੀ ਵਿਟਾਮਿਨ ਅਮਾਈਨੋ ਐਸਿਡ ਦਾ ਜਿਹੜਾ ਕੰਬੀਨੇਸ਼ਨ ਹੈ ਉਹ ਬੜਾ ਹੀ ਅੱਛਾ ਰਿਸਪੋਂਸ ਦਿੰਦਾ। ਅਤੇ ਆਈ ਹੋਪ ਅੱਜ ਦੀ ਵੀਡੀਓ ਹੈ ਜਿਹੜੀ ਤੁਹਾਡੇ ਵਾਸਤੇ ਕਾਫੀ ਇਨਫੋਰਮੇਟਿਵ ਰਹੀ ਹੋਏਗੀ। ਅਤੇ ਜਿਹਨਾਂ ਭਰਾਵਾਂ ਨੇ ਹਜੇ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਕਿਉਂਕਿ ਇੱਕ ਵੀਡੀਓ ਬਣਾਉਣ ਵਾਸਤੇ ਬੜਾ ਟਾਈਮ ਲੱਗਦਾ। ਅਤੇ ਤੁਹਾਡਾ ਸਿਰਫ ਇੱਕ ਸ਼ੇਅਰ ਕਰਨਾ, ਕਮੈਂਟਸ ਕਰਨਾ ਅਤੇ ਤੁਹਾਡਾ ਇੱਕ ਜਿਹੜਾ ਲਾਈਕ ਹੈ ਉਹ ਸਾਡੇ ਵਾਸਤੇ ਬੜੀ ਅਹਿਮੀਅਤ ਰੱਖਦਾ। ਬਹੁਤ ਸ਼ੁਕਰੀਆ। ਆਪਣਾ ਔਰ ਆਪਣੇ ਕੀਮਤੀ ਜਾਨਵਰਾਂ ਦਾ ਇਵੇਂ ਖਿਆਲ ਰੱਖੋ ਜਿਵੇਂ ਤੁਸੀਂ ਆਪਣੇ ਬੱਚਿਆਂ ਦਾ ਖਿਆਲ ਕਰਦੇ ਹੋ। ਬਹੁਤ ਸ਼ੁਕਰੀਆ। ਅਸਲਾਮ ਅਲੈਕੁਮ ਵਰਹਮਤੁੱਲਾ।